बाहर क्या खाएगा मेरा बेटा आज? क्या खाएगा? भूख लगी है? क्या पढ़ के आए आज आप? ओके वेरी गुड, चलो जल्दी जल्दी कपड़े उतारते हैं। ओके जल्दी जल्दी, फिर खाना खाना है मेरे बच्चे ने। क्या बनाऊं आपके लिए आज? नूडल्स। ओके बाज नहीं बाज। यार की है खवाल दी है बच्चे नूं, घर दे विच खाना होगा रोटी दुध दिया कर, हर वेले फड़ के जंक फूड दिंदी रहनी है। बच्चे मन पसंद ही ओह चे करदे आ, ओह पसंद करदे आ, तुहाडा अपना कम नहीं ता हर वेले इहो जिहा। बेटा मेरी बात सुनो, हम लोग जाएंगे आलू मंडी, ठीक है? और वहां आप पंजाबी में बात मत करना, ठीक है? इंग्लिश और हिंदी में बात करना, नहीं तो लोगों को लगेगा नहीं ये लोग तो अनपढ़ जे आए हैं, वो पता ही नहीं है कुछ, पढ़ी लिखी नहीं है ये लोग, ठीक है? ओके ये की शिक्षा दे रही है मुंडे नूं, हां तेनूं किन्नी बार क्या हुआ कि मुंडे दे नाल घर विच पंजाबी च गल करिया कर, तेरे कान च तो जू नहीं सकदी, हजार बार तेनूं ये गल कह चुका हां। तो ठीक है मैं नहीं जाना तेरे नाल। ਕੀ ਹੋ ਗਿਆ? ਇੰਨੀ ਗਰਮੀ ਚ ਕਿੱਥੋਂ ਆਉਂਦੇ ਆ? ਮੈਂ ਕੀ ਕਰ ਗੁਨਾਹ ਕਰ ਦਿੱਤਾ ਹੈ? ਗੁਨਾਹ ਕੀਤਾ ਨਹੀਂ ਤੂੰ? ਕੀ ਬੜਾ ਪੈ ਗਿਆ ਤੁਹਾਡਾ, ਤੂੰ ਵੀ ਕੱਪੜੇ ਰੋਂਦਾ ਪਿਆ। ਮੈਂ ਕੁਛ ਵੀ ਨਹੀਂ, ਮੈਂ ਬਸ ਮੁੰਡੇ ਨੂੰ ਸਮਝਾਉਣ ਡਈ ਆ ਕੁਝ ਗੱਲਾਂ, ਤੇ ਰੌਲਾ ਪਾਉਣ ਲੱਗ ਪਿਆ। ਤੇ ਬਹਿ ਕੇ ਘਰ ਕਰੋ, ਇੱਧਰ ਰੌਲਾ ਨਹੀਂ ਪਾਈ ਤੁਸੀਂ। ਮੈਂ ਨਹੀਂ ਜਾਣਾ, ਮੈਂ ਜਾਣ ਲੱਗੇ, ਮੈਂ ਨਹੀਂ ਜਾਣਾ ਅੱਜ ਰੌਲਾ। ਜਦੋਂ ਵੀ ਜਾਣਾ ਹੁੰਦਾ ਇਹਨਾਂ ਨੇ ਲੜਾਈ ਕਰਨੀ ਹੁੰਦੀ ਹੈ। ਇਹਦੇ ਚ ਲੜਾਈ ਵਾਲੀ ਕਿਹੜੀ ਗੱਲ? ਚੱਲ ਬਹਿ ਜਾ ਬਹਿ, ਸਹੀ ਪ੍ਰੋਗਰਾਮ ਬਣਾਇਆ ਵਾ ਆਪਾਂ ਬਾਹਰ ਜਾਣ ਦਾ। ਮੈਂ ਕਿਹਾ ਚਲੋ ਕੱਲ ਨੂੰ ਐਤਵਾਰ ਵਾ, ਚੱਲ ਜਾਂਦੇ ਆ ਬਾਹਰ ਕੋਈ ਗੱਲ ਨੀ ਘੁੰਮਣ। ਪਹਿਲਾਂ ਤੇ ਮੁੰਡੇ ਨੂੰ ਜੰਕ ਫੂਡ ਖਵਾਲੇ ਆ, ਜਿਹੜੇ ਮੈਂ ਕਈ ਵਾਰ ਅਸੀਂ ਮਨਾ ਕੀਤਾ ਵੀ ਜੰਕ ਫੂਡ ਨਾ ਬੱਚਿਆਂ ਨੂੰ ਦਿਆ ਕਰੋ, ਸਿਹਤ ਤੇ ਬੜਾ ਮਾੜਾ ਅਸਰ ਪੈਂਦਾ। ਪਰ ਨਾ ਸੁਣਨੀ ਤੇ ਹੈ ਨੀ ਨਾ ਕਿਸੇ ਦੀ। ਮੁੜਕੇ ਉਹਨੂੰ ਮੁੰਡੇ ਨੂੰ ਸਮਝਾਉਣ ਡਈ ਆ ਕਿ ਉੱਥੇ ਹੋਟਲ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਬਹਿਣਾ ਜਾ ਕੇ ਕਿਸੇ ਰੈਸਟੋਰੈਂਟ ਵਿੱਚ ਬਹਿਣਾ, ਉੱਥੇ ਹਿੰਦੀ ਵਿੱਚ ਗੱਲ ਕਰੀ ਜਾਂ ਇੰਗਲਿਸ਼ ਵਿੱਚ ਗੱਲ ਕਰੀ, ਪੰਜਾਬੀ ਬੋਲੇਗਾ ਤਾਂ ਲੋਕਾਂ ਨੇ ਉੱਥੇ ਤੈਨੂੰ ਕਹਿਣਾ ਵਾ ਇਹ ਅਨਪੜ੍ਹ ਵਾ। ਤੁਸੀਂ ਮੈਨੂੰ ਇਹ ਦੱਸੋ ਪੰਜਾਬੀ ਭਾਸ਼ਾ ਕਦੋਂ ਦੀ ਅਨਪੜ੍ਹਾਂ ਦੀ ਬੋਲੀ ਕਦੋਂ ਦੀ ਬਣ ਗਈ? ਬੱਚੇ ਨੂੰ ਇਹ ਗੱਲ ਸਮਝਾਉਣ ਡਈ ਆ। ਤੁਹਾਨੂੰ ਪਤਾ ਵਾ ਸਾਡੀ ਬੋਲੀ ਦੇ ਉੱਤੇ ਕਿੰਨੇ ਕਿੰਨੇ ਹਮਲੇ ਹੋ ਰਹੇ ਆ। ਅਗਲੇ ਕਹਿ ਰਹੇ ਆ ਕਿ 2 ਸਾਲ ਦੇ ਵਿੱਚ ਤੁਹਾਡੀ ਜਿਹੜੀ ਹੈ ਨਾ ਬੋਲੀ ਖਤਮ ਕਰ ਦੇਣੀ ਆ, ਤੁਹਾਡੀ ਭਾਸ਼ਾ ਹੀ ਖਤਮ ਕਰ ਦੇਣੀ ਆ। ਮਾਂ ਮਾਂ ਹੁੰਦੀ ਆ ਤੇ ਮਾਸੀ ਮਾਸੀ ਹੁੰਦੀ ਆ, ਮਾਸੀ ਦੀ ਇੱਜ਼ਤ ਕਰੋ ਪੂਰੀ, ਪਰ ਮਾਂ ਤੋਂ ਵੱਧ ਕੇ ਮਾਸੀ ਨੂੰ ਨਾ ਮਿਲੋ, ਠੀਕ ਆ? ਉਹ ਕਹਿ ਰਹੀ ਆ ਪੰਜਾਬੀ ਬੋਲਣ ਦੇ ਨਾਲ ਬੇਇੱਜ਼ਤੀ ਮਹਿਸੂਸ ਹੁੰਦੀ ਆ, ਜੇ ਇਹਨੂੰ ਪੰਜਾਬੀ ਬੋਲਣ ਚ ਬੇਇੱਜ਼ਤੀ ਮਹਿਸੂਸ ਹੁੰਦੀ ਆ ਤੇ ਮੈਂ ਇਹਦੇ ਨਾਲ ਕਿਤੇ ਨਹੀਂ ਜਾ ਸਕਦਾ, ਮੇਰੇ ਵੱਲੋਂ ਪੂਰਨ ਤੌਰ ਤੇ ਬਾਈਕਾਟ ਪਾਏਗਾ, ਮੈਂ ਨਹੀਂ ਜਾ ਸਕਦਾ ਇਹਦੇ ਨਾਲ ਅੱਗੇ ਬੰਦੇ ਨੂੰ। ਕੂੜਾ ਤੇ ਜੂੜਾ ਜੇ ਅਸੀਂ ਨਾ ਸੰਭਾਲਿਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪਛਤਾਵਾਂਗੇ, ਸਾਡਾ ਹੋਂਦ ਨਹੀਂ ਰਹਿ ਜਾਏਗੀ, ਖਤਮ ਹੋ ਜਾਵਾਂਗੇ ਆਪਾਂ। ਜੇ ਤੇ ਆਪਣੀ ਗਲਤੀ ਮੰਨਦੀ ਆ ਤਾਂ ਠੀਕ ਆ, ਨਹੀਂ ਤੇ ਇਹਦਾ ਰਾਹ ਵੱਖਰਾ ਤੇ ਮੇਰਾ ਰਾਹ ਵੱਖਰਾ। ਮੈਂ ਕੀ ਕਹਿਤਾ ਵਾ,
ਮੇਰੀ ਕੀ ਗਲਤੀ ਆ? ਮੈਂ ਬਸ ਇੰਨਾ ਹੀ ਕਿਹਾ ਨਾ ਕਿ ਚਲ ਉਹਨੂੰ ਚੰਗਾ ਬੋਲਣਾ ਆ ਜਾਏ। ਵਧੀਆ ਇੰਨੇ ਪੈਸੇ ਲਾਉਣ ਡੇ ਆ ਸਕੂਲਾਂ ਵਧੀਆ ਚ ਪਾਇਆ ਵਾ। ਦੇਖ ਮੈਂ ਵਿਰੋਧੀ ਨਹੀਂ ਹੈਗਾ ਕਿਸੇ ਵੀ ਭਾਸ਼ਾ ਦਾ, ਸਿੱਖੋ ਜਿੰਨੀਆਂ ਸਿੱਖੀਆਂ ਜਾਂਦੀਆਂ, ਹਿੰਦੀ ਮੇਰੀ ਕੋਈ ਦੁਸ਼ਮਣ ਨਹੀਂ ਹੈਗੀ। ਪਰ ਉਹ ਸਕੂਲ ਵਿੱਚ ਹਿੰਦੀ ਸਿੱਖਦਾ, ਸਕੂਲ ਦੇ ਵਿੱਚ ਇੰਗਲਿਸ਼ ਸਿੱਖਦਾ, ਮੈਨੂੰ ਕੋਈ ਉਹਦੇ ਨਾਲ ਕੋਈ ਪਿਆਰ ਵਿਰੋਧ ਨਹੀਂ ਹੈ। ਪਰ ਜਦੋਂ ਤੂੰ ਘਰ ਵਿੱਚ ਤੂੰ ਵੀ ਉਹਦੇ ਨਾਲ ਹਿੰਦੀ ਬੋਲੇਗੀ, ਇੱਕ ਮਾਂ ਹੀ ਹੁੰਦੀ ਹੈ ਜਿਹੜੀ ਬੱਚੇ ਨੂੰ ਜਿਹਨੇ ਸਿਖਾਉਣਾ ਹੁੰਦਾ, ਮਾਂ ਦੀ ਸਿੱਖਿਆ ਦੇ ਉੱਤੇ ਬੱਚਾ ਸਭ ਤੋਂ ਵੱਧ ਧਿਆਨ ਦਿੰਦਾ। ਤੇ ਜਦੋਂ ਇੱਕ ਮਾਂ ਹੀ ਉਹਦੇ ਨਾਲ ਹਿੰਦੀ ਬੋਲੇਗੀ, ਉਹਦੀ ਕਿ ਮਾਂ ਮਾਤ ਭਾਸ਼ਾ ਜਿਹੜੀ ਆ ਮਾਂ ਬੋਲੀ ਆ, ਉਹ ਆਪਣੇ ਆਪ ਹਿੰਦੀ ਬਣ ਗਈ ਨਾ। ਬੱਚੇ ਨੇ ਤੇ ਉਹ ਕਹਿਣਾ ਨਾ ਕਿ ਮੇਰੀ ਮਾਂ ਦੀ ਜਿਹੜੀ ਭਾਸ਼ਾ ਉਹ ਹਿੰਦੀ ਆ। ਮੰਨਦੀ ਆ ਇਸ ਗਲਤੀ ਨੂੰ? ਮੰਨਦੀ ਆ, ਠੀਕ ਆ। ਮੈਂ ਤੇ ਇਹੀ ਕੋਸ਼ਿਸ਼ ਕਰ ਰਹੀ ਸੀ ਕਿ ਚੱਲ ਅੱਜ ਕੱਲ ਜ਼ਿਆਦਾ ਇੰਗਲਿਸ਼ ਹਿੰਦੀ ਚੱਲਦੀ ਆ ਕਿ ਬੱਚਾ ਬਾਹਰ ਅੰਦਰ ਜਾ ਕੇ ਬੋਲੇ ਤੇ ਚੰਗਾ ਲੱਗਦਾ ਆ। ਪਰ ਚਲੋ ਇਹਦੇ ਨਾਲ ਨਾਲ ਸਾਡੀ ਆਪਣੀ ਬੋਲੀ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ, ਇਸ ਗੱਲ ਦਾ ਮੈਨੂੰ ਨਹੀਂ ਸੀ ਇੰਨਾ ਖਿਆਲ ਮਨ ਦੇ ਵਿੱਚ। ਚਲੋ ਧਿਆਨ ਦੇਣਾ ਚਾਹੀਦਾ ਅੱਗੇ ਤੋਂ, ਮੈਂ ਹੁਣ ਇਹੀ ਧਿਆਨ ਦੇਵਾਂਗੀ, ਠੀਕ ਆ, ਕਿ ਮਤਲਬ ਪੰਜਾਬੀ ਚ ਗੱਲ ਕਰਾਂ, ਵੱਧ ਤੋਂ ਵੱਧ ਉਹਨੂੰ ਪੰਜਾਬੀ ਹੀ ਦੱਸਾਂ। ਚਲੋ ਹੁਣ ਤਿਆਰ ਹੋਇਆ ਜੇ ਤੇ ਮੁੰਡੇ ਨੂੰ ਕਰੋ ਤਿਆਰ ਤੇ ਜਾਓ ਹੁਣ, ਉਹ ਵੀ ਤਿਆਰ ਹੋਇਆ। ਚਲੋ ਮੁੰਡਿਆ ਤੂੰ ਵੀ ਹੋ ਜਾ ਤਿਆਰ ਤੇ ਚਲੋ ਜਾਓ ਹੁਣ। ਜੇਕਰ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ ਤੇ ਸਾਡੀ